ਦਿਨ ਦੇ ਵਿੱਚ ਬਹੁਤ ਸਾਰੇ ਐਸੇ ਟਾਈਮਸ ਆਉਂਦੇ ਹੈ ਜਦੋਂ ਕਿ ਸਾਨੂੰ ਲੱਗਦਾ ਹੈ ਕਿ ਇੱਕ ਕੱਪ ਜੇ ਸਾਨੂੰ ਟੀ ਦਾ ਮਿਲ ਜਾਏ ਤਾਂ ਬਹੁਤ ਅੱਛਾ ਰਹੇਗਾ, ਬਿਕੋਜ਼ ਵੀ ਇੰਡੀਅਨਸ ਆਰ ਯੂਜ ਟੂ ਹੈਵਿੰਗ ਟੀ। ਅੱਜ ਦੀ ਹੈਲਥ ਟਿਪ ਦੇ ਵਿੱਚ ਆਪਾਂ ਗੱਲ ਕਰਨ ਵਾਲੇ ਹਾਂ ਕਿ ਟੂ ਮੱਚ ਆਫ ਟੀ ਇਜ਼ ਇਟ ਗੁੱਡ ਫੋਰ ਯੂ ਔਰ ਇਟ ਇਜ਼ ਬੈਡ ਫੋਰ ਯੂ। ਲੇਕਿਨ ਟੀ ਜੇ ਤੁਸੀਂ ਪੀਣੀ ਹੈ ਤਾਂ ਉਹਦਾ ਸਹੀ ਤਰੀਕਾ ਕੀ ਹੈ ਔਰ ਕਿੰਨੀ ਤੁਸੀਂ ਨੋਰਮਲ ਜਿਹੜੀ ਇੰਡੀਅਨ ਟੀ ਵਿਦ ਮਿਲਕ ਐਂਡ ਸ਼ੂਗਰ ਤੁਹਾਡੇ ਸਿਹਤ ਨੂੰ ਕਿਸ ਤਰ੍ਹਾਂ ਨਾਲ ਇਫੈਕਟ ਕਰ ਸਕਦੀ ਹੈ। ਆਪਾਂ ਗੱਲ ਕਰਾਂਗੇ ਐਸੀ ਟੀ ਜਿਹਦੇ ਵਿੱਚ ਤੁਸੀਂ ਸਕਿਮ ਮਿਲਕ ਪਾਇਆ ਹੈ। ਸੋ ਵਨ ਕੱਪ ਆਫ ਟੀ ਇਜ਼ ਜਨਰਲੀ ਜਿਹੜਾ ਕੱਪ ਹੈ ਦੈਟ ਇਜ਼ 150 ml ਟੂ 200 ml। ਔਰ ਜੇ ਤੁਸੀਂ ਸਕਿਮ ਮਿਲਕ ਦੇ ਨਾਲ ਟੀ ਬਣਾਉਂਦੇ ਹੋ ਵਿਦਆਊਟ ਸ਼ੂਗਰ ਦੈਟ ਕੋਸਟ ਯੂ ਅਬਾਊਟ 20 calories। ਲੇਕਿਨ ਜੇ ਤੁਸੀਂ ਉਹਨੂੰ ਸ਼ੂਗਰ ਔਰ ਸਕਿਮ ਮਿਲਕ ਦੇ ਨਾਲ ਤੁਸੀਂ ਬਣਾਉਂਦੇ ਹੋ ਦੈਨ ਇਟ ਇਜ਼ 34 calories ਦੇ ਕਰੀਬ ਹੁੰਦੀ ਹੈ। ਲੇਕਿਨ ਜੇ ਤੁਸੀਂ ਇਹਨੂੰ ਫੁੱਲ ਫੈਟ ਮਿਲਕ ਦੇ ਨਾਲ ਬਣਾਉਂਦੇ ਹੋ ਦੈਨ ਇਟ ਕੋਸਟ ਯੂ ਅਬਾਊਟ 50 calories। ਹੁਣ ਸੋਚੋ ਜੇ ਤੁਸੀਂ ਵੇਟ ਵਾਚ ਕਰ ਰਹੇ ਹੋ, ਜੇ ਤੁਸੀਂ ਦਿਨ ਦੇ ਵਿੱਚ 5 cups ਆਫ ਨੋਰਮਲ ਟੀ ਲੈ ਲਏ ਤਾਂ 30 calories ਨੂੰ ਤੁਸੀਂ 5 ਨਾਲ ਮਲਟੀਪਲਾਈ ਕਰੋ, 150 calories ਬੇਵਜ੍ਹਾ ਤੁਸੀਂ ਹਰ ਰੋਜ਼ ਜ਼ਿਆਦਾ ਲੈ ਰਹੇ ਹੋ। ਲੇਕਿਨ ਜੇ ਤੁਸੀਂ ਹੋਲ ਫੈਟ ਮਿਲਕ ਯੂਜ਼ ਕਰ ਰਹੇ ਹੋ ਦੈਨ ਯੂ ਆਰ ਐਡਿੰਗ ਈਵਨ ਮੋਰ ਕੈਲਰੀਜ਼। ਚਲੋ ਇਹ ਤਾਂ ਗੱਲ ਹੋਈ ਕੈਲਰੀਜ਼ ਦੀ ਜੇ ਤੁਸੀਂ ਵੇਟ ਕੌਂਸ਼ੀਅਸ ਹੈਗੇ ਹੋ। ਲੇਕਿਨ ਬਹੁਤ ਜ਼ਿਆਦਾ ਟੀ ਲੈਣ ਦੇ ਨਾਲ ਤੁਹਾਨੂੰ ਚੁਸਤੀ ਨਹੀਂ ਆਉਂਦੀ, ਲੇਕਿਨ ਇਹ ਚੀਜ਼ ਤੁਹਾਨੂੰ ਆਪਣੇ ਉੱਪਰ ਐਡਿਕਟ ਬਣਾ ਲੈਂਦੀ ਹੈ। ਔਰ ਜਦ ਤੱਕ ਤੁਸੀਂ ਟੀ ਨਹੀਂ ਲੈਂਦੇ, ਬਿਕੋਜ਼ ਟੀ ਇਜ਼ ਹੈਵਿੰਗ ਕੈਫੇਨ, ਸੋ ਇਹ ਕੈਫੇਨ ਦੀ ਜਦੋਂ ਸਾਨੂੰ ਆਦਤ ਪੈ ਜਾਂਦੀ ਹੈ ਤਾਂ ਬਿਨਾਂ ਟੀ ਤੋਂ ਤੁਹਾਡਾ ਗੁਜ਼ਾਰਾ ਨਹੀਂ ਹੁੰਦਾ, ਤੁਹਾਡੇ ਐਨਰਜੀ ਲੈਵਲਸ ਡਾਊਨ ਹੋ ਸਕਦੇ ਜੇ ਤੁਹਾਨੂੰ ਟੀ ਨਾ ਮਿਲੇ। ਔਰ ਜ਼ਿਆਦਾ ਟੀ ਲੈਣ ਦੇ ਨਾਲ ਤੁਹਾਨੂੰ ਇੰਟਸਟਾਈਨਲ ਅਲਸਰਸ ਹੋ ਸਕਦੇ ਹੈ, ਸਟਮਕ ਅਲਸਰਸ ਹੋ ਸਕਦੇ ਹੈ, ਤੁਹਾਡੀ ਬੋਡੀ ਦੇ ਵਿੱਚ ਆਇਰਨ ਦੀ ਕਮੀ ਹੋ ਸਕਦੀ ਹੈ। ਔਰ ਕਾਫੀ ਦੇਖਿਆ ਗਿਆ ਹੈ ਕਿ ਸਪੈਸ਼ਲੀ ਦ ਵਿਮਨ ਜਿਨ੍ਹਾਂ ਦੇ ਵਿੱਚ ਸਾਈਕਲਸ ਦੇ ਦੌਰਾਨ ਬਲੱਡ ਲੋਸ ਹੁੰਦਾ ਹੈ, ਲੇਕਿਨ ਉਹ ਬਹੁਤ ਜ਼ਿਆਦਾ ਟੀ ਲੈਂਦੇ ਆ, ਉਹਦਾ ਵੀ ਇੱਕ ਬਹੁਤ ਮੇਜਰ ਰੋਲ ਹੁੰਦਾ ਹੈ ਤੁਹਾਡੀ ਬੋਡੀ ਦੇ ਆਇਰਨ ਲੈਵਲਸ ਨੂੰ ਡਿਪਲੀਟ ਕਰਨ ਵਾਸਤੇ। ਤੁਸੀਂ ਚਾਹ ਪੀਣ ਦੇ ਨਾਲ ਤੁਹਾਨੂੰ ਥੋੜ੍ਹੀ ਦੇਰ ਲਈ ਐਨਰਜੀ ਆਉਂਦੀ ਹੈ, ਲੇਕਿਨ ਜੇ ਤੁਸੀਂ ਚਾਹ ਦੇ ਐਡਿਕਟ ਹੋ ਜਾਂਦੇ ਹੋ ਦੈਨ ਯੂ ਕੈਨ ਨਾਟ ਗੋ ਵਿਦਆਊਟ ਇਟ। ਡੈਫੀਨੇਟਲੀ ਜਦੋਂ ਕਲੀਨਿਕ 'ਤੇ ਮੇਰੇ ਕੋਲ ਇੰਡੀਅਨ ਲੋਕ ਆਉਂਦੇ, ਈਵਨ ਜਿਹੜੇ ਓਵਰਸੀਜ਼ ਆਸਟ੍ਰੇਲੀਆ ਕੈਨੇਡਾ ਅਮੈਰੀਕਾ ਰਹਿੰਦੇ ਹੈ, ਉਹ ਸਾਨੂੰ ਕਹਿੰਦੇ ਆ ਤੁਸੀਂ ਕੁਛ ਵੀ ਸਾਡਾ ਬੰਦ ਕਰ ਦਿਓ ਲੇਕਿਨ ਸਾਡੀ ਚਾਹ ਨਹੀਂ ਬੰਦ ਕਰਨੀ। ਐਂਡ ਆਈ ਰੀਅਲੀ ਰਿਸਪੈਕਟ ਦੇਅਰ ਲਵ ਫੋਰ ਟੀ, ਲੇਕਿਨ ਬਹੁਤ ਜ਼ਿਆਦਾ ਟੀ ਲੈਣਾ ਤੁਹਾਡੀ ਸਿਹਤ ਵਾਸਤੇ ਖਰਾਬ ਹੋ ਸਕਦਾ ਹੈ, ਇਹ ਕੈਲਰੀਜ਼ ਵੀ ਐਡ ਕਰਦਾ ਹੈ। ਲੇਕਿਨ ਹੁਣ ਇਹ ਵੀ ਸਵਾਲ ਹੈ ਕਿ ਕਿੰਨੇ ਕੱਪਸ ਆਫ ਟੀ ਤੁਸੀਂ ਇੱਕ ਦਿਨ ਦੇ ਵਿੱਚ ਲੈ ਸਕਦੇ ਹੋ। 2 to 3 cups ਆਫ ਟੀ ਵਿਦ ਸਕਿਮ ਮਿਲਕ ਦੇ ਆਰ ਓਕੇ। ਸ਼ੂਗਰ ਮੈਂ ਇਸ ਲਈ ਨਹੀਂ ਬੋਲਿਆ ਬਿਕੋਜ਼ ਸ਼ੂਗਰ ਗਿਵਸ ਯੂ ਐਮਟੀ ਕੈਲਰੀਜ਼, ਤੁਹਾਡੇ ਇੰਸੂਲਿਨ ਲੈਵਲ ਨੂੰ ਇਹ ਖਰਾਬ ਕਰਦੀ ਹੈ। ਇੱਕਦਮ ਜਦੋਂ ਤੁਸੀਂ ਚੀਨੀ ਲੈਂਦੇ ਹੋ, ਇਟ ਇਜ਼ ਨੋਟ ਅਬਾਊਟ ਅ 20 calories ਜਿਹੜਾ ਕਿ ਚੀਨੀ ਦੇ ਇੱਕ ਚਮਚ ਵਿੱਚ ਹੁੰਦਾ ਹੈ, ਇਟ ਇਜ਼ ਅਬਾਊਟ ਜਿਹੜਾ ਤੁਹਾਡੇ ਸ਼ੂਗਰ ਲੈਵਲ ਨੂੰ ਇੱਕਦਮ ਵਧਾਉਂਦਾ ਹੈ ਔਰ ਉਹਨੂੰ ਕਾਊਂਟਰੈਕਟ ਕਰਨ ਵਾਸਤੇ ਇੰਸੂਲਿਨ ਰਿਲੀਜ਼ ਹੁੰਦੀ ਹੈ। ਬਾਰ ਬਾਰ ਜਦੋਂ ਬੋਡੀ ਦੇ ਵਿੱਚ ਇੰਸੂਲਿਨ ਰਿਲੀਜ਼ ਹੁੰਦੀ ਹੈ ਤਾਂ ਤੁਹਾਨੂੰ ਇੰਸੂਲਿਨ ਰਿਜ਼ਿਸਟੈਂਸ ਹੋ ਜਾਂਦੀ ਹੈ, ਤੁਹਾਡਾ ਵੇਟ ਗੇਨ ਬੇਵਜ੍ਹਾ ਹੋਣ ਲੱਗ ਜਾਂਦਾ ਹੈ, ਤੁਹਾਡਾ ਬੈਲੀ ਫੈਟ ਡਿਪੋਜ਼ਿਟ ਹੋਣਾ ਸ਼ੁਰੂ ਹੋ ਜਾਂਦਾ ਹੈ। PCOS ਦਾ ਇੱਕ ਕਾਰਨ ਬੈਲੀ ਫੈਟ ਵੀ ਹੈ। ਸੋ ਹਰ ਚੀਜ਼ ਮੋਡਰੇਸ਼ਨ ਵਿੱਚ ਅਸੀਂ ਆਪਣੇ ਕਲਾਇੰਟਸ ਨੂੰ ਦਿੰਦੇ ਹਾਂ ਔਰ ਤੁਸੀਂ ਵੀ ਇਸ ਮੋਡਰੇਸ਼ਨ ਨੂੰ ਅਪਣਾਓ ਐਂਡ ਇੰਜੋਏ ਯੋਰ ਟੀ। ਔਰ ਹਾਂ, ਇੱਕ ਇਹ ਵੀ ਖਾਸ ਗੱਲ ਹੈ ਕਿ ਖਾਣਾ ਖਾਣ ਤੋਂ ਐਟਲੀਸਟ 30 minutes ਤੱਕ ਤੁਸੀਂ ਟੀ ਨਹੀਂ ਲੈਣੀ, ਬਿਕੋਜ਼ ਖਾਣੇ ਦੇ ਵਿੱਚ ਜਿਹੜੇ ਪ੍ਰੈਸ਼ੀਅਸ ਨਿਊਟ੍ਰੀਐਂਟਸ ਹੈਗੇ, ਸਪੈਸ਼ਲੀ ਬੀ ਕੰਪਲੈਕਸ ਐਂਡ ਆਇਰਨ, ਉਹ ਤੁਹਾਡੀ ਅਸਿਮੂਲੇਟ ਨਹੀਂ ਹੁੰਦੇ, ਉਹਨਾਂ 'ਤੇ ਉਹਦਾ ਬੁਰਾ ਅਸਰ ਹੁੰਦਾ ਹੈ। ਸੋ ਲੈਟਸ ਇੰਜੋਏ ਅ ਬਿਊਟੀਫੁਲ ਕੱਪ ਆਫ ਟੀ ਐਂਡ ਟਿਲ ਵੀ ਮੀਟ ਅਗੈਨ, ਸਟੇ ਬਲੈਸਡ ਐਂਡ ਲਿਵ ਲਾਈਫ ਮੋਰ।